ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਫ਼ਦ ਸ਼੍ਰੋਮਣੀ ਦਿੱਲੀ ਦੇ ਮੁੱਖ ਮੰਤਰੀ ਨੂੰ ਉਚੇਚੇ ਤੌਰ 'ਤੇ ਮਿਲਣ ਵਾਸਤੇ ਗਏ ਔਰ ਪਤਾ ਲੱਗਾ ਕਿ ਟਾਈਮ ਵੀ ਲਿਆ ਹੋਇਆ ਸੀ। ਵਰਦੇ 20 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਔਰ ਹੋਰ ਜਿਹੜੇ ਆਗੂ ਉਹਦੇ ਵਾਸਤੇ ਪਹੁੰਚ ਹੋਏ ਸਨ। ਵਰਦੇ 20 ਵਿੱਚ ਉਹ ਬਾਹਰ ਖੜ੍ਹੇ ਰਹੇ ਪਰ ਕੇਜਰੀਵਾਲ ਦੀ ਦਿੱਲੀ ਸਾਡੇ ਮੁੱਖ ਮੰਤਰੀ ਨੇ ਉਹਨਾਂ ਨੇ ਆ ਕੇ ਉਹਨਾਂ ਤੱਕ ਵੀ ਜਿਹੜੀ ਸੀ ਖੇਚਲ ਇਸ ਵਫ਼ਦ ਨੂੰ ਨਹੀਂ ਕੀਤੀ, ਜੋ ਕਿ ਸਮੁੱਚੀ ਕੌਮ ਦੇ ਨਾਲ ਹੀ, ਕਿਉਂਕਿ ਜਿਹੜਾ ਵਫ਼ਦ ਹੈ ਮਨਜੀਤ ਸਿੰਘਾਂ ਦੀ ਰਿਹਾਈ ਵਾਸਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਨੂੰ ਮਿਲਣ ਵਾਸਤੇ ਗਏ ਸਨ, ਪਰ ਉਹਨਾਂ ਦਾ ਨਾਂ ਮਿਲਣਾ ਇੱਕ ਪੂਰੀ ਕੌਮ ਵਾਸਤੇ ਉਹਨਾਂ ਨੇ ਜਿਹੜੀ ਬਹੁਤ ਵੱਡੀ ਗੱਲ ਕੀਤੀ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਮ ਮਿਲਣਾ ਪਰ ਪ੍ਰਧਾਨ ਸਾਹਿਬ ਬਾਸ਼ ਖੜ੍ਹੇ ਰਹੇ ਹੋ ਅਤੇ ਇਹ ਬਹੁਤ ਬਹੁਤ ਵਾਲੀ ਗੱਲ ਹੈ। ਹੋਰਾਂ ਨੇ ਗੁਰਦੁਆਰਾ ਸ਼ੀਸ਼ ਮਹਿਲ ਜੀ ਤੋਂ ਸੰਬੋਧਨ ਹੁੰਦਿਆਂ ਹੋਇਆ ਇੱਕ ਸੰਦੇਸ਼ ਜਿਹੜਾ ਉਹ ਜਾਰੀ ਕੀਤਾ ਕਿ ਜਿਹੜੀਆਂ ਵੀ ਸਿੱਖ ਸੰਸਥਾਵਾਂ ਨੇ, ਸੰਸਥਾਵਾਂ ਨੇ, ਸਭਾ ਸੁਸਾਇਟੀਆਂ ਨੇ, ਕਮੇਟੀਆਂ ਨੇ, ਜਥੇਬੰਦੀਆਂ ਨੇ, ਹੋਰ ਅਸਥਾਨਾਂ ਦੇ ਬਾਹਰ ਉਹਨਾਂ ਜਿਹੜੇ ਸਾਡੇ ਸਮੂਹ ਯੋਧੇ ਜੇਲ੍ਹਾਂ ਵਿੱਚ ਲੰਬੇ ਅਰਸੇ ਤੋਂ ਕੈਦ ਨੇ, ਡਬਲ ਡਬਲ ਸਜ਼ਾਵਾਂ ਜਿਹੜੇ ਭੁਗਤ ਚੁੱਕੇ ਨੇ, ਉਹਨਾਂ ਦੀਆਂ ਫੋਟੋਆਂ ਲਾ ਕੇ ਔਰ ਉਹਨਾਂ ਦੀ ਇੱਕ ਹਿਸਟਰੀ ਬਰੀਫ ਜਿਹੜੀ ਹੈ ਉਹ ਸੰਖੇਪ ਰੂਪ ਵਿੱਚ ਹਿਸਟਰੀ ਜਿਹੜੀ ਹੈ ਉਹ ਹੋਟਲ ਦੇ ਉੱਪਰ ਛਾਪ ਕੇ ਅਤੇ ਲੋਕਾਂ ਦੀ ਜਾਣਕਾਰੀ ਵਾਸਤੇ, ਸੰਗਤ ਦੀ ਜਾਗਰੂਕਤਾ ਵਾਸਤੇ, ਤਾਂ ਕਿ ਲੋਕਾਂ ਨੂੰ, ਸੰਗਤ ਨੂੰ ਪਤਾ ਲੱਗ ਸਕੇ ਕਿ ਸਾਡੇ ਕਿਹੜੇ ਕਿਹੜੇ ਸਮੂਹ ਯੋਧੇ ਕਦ ਕਦ ਤੋਂ ਲੈ ਕੇ ਅਤੇ ਕਿਹੜੀ ਕਿਹੜੀ ਜੇਲ੍ਹ ਵਿੱਚ, ਕਿਹੜੀ ਕਿਹੜੀ ਸਟੇਟ ਵਿੱਚ ਉਹ ਕੈਦ ਨੇ, ਕਿਹੜਾ ਕਿਹੜਾ ਉਹਨਾਂ ਨੇ ਕੋਈ ਐਸਾ ਗੁਨਾਹ ਕੀਤਾ ਕਿ ਜਿਸ ਦੀ ਸਜ਼ਾ ਜਿਹੜੀ ਹੈ ਉਹ ਸਜ਼ਾ ਕੱਟ ਜਾਣ ਤੋਂ ਵੀ ਡਬਲ ਸਮਾਂ ਹੋ ਚੁੱਕਾ ਹੈ ਅਤੇ ਉਹਨਾਂ ਨੂੰ ਹੁਣ ਤੱਕ ਜਿਹੜਾ ਉੱਥੇ ਦਾ ਚੁਣਾਵ ਨਹੀਂ ਕੀਤਾ ਜਾ ਰਿਹਾ। ਜੇ ਜਾਗਰੂਕਤਾ ਵਾਸਤੇ ਵੋਟਿੰਗ ਗਰਾਊਂਡ ਦੀ ਗੱਲ ਸਿੰਘ ਸਾਹਿਬ ਨੇ ਆਖੀ ਹੈ ਔਰ ਸਮੁੱਚੀ ਕੌਮ ਨੂੰ ਉਹ ਜਿਹੜਾ ਤਖਤ ਸਾਹਿਬ ਦਾ ਜਿਹੜਾ ਹੁਕਮ ਹੈ, ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਸੰਦੇਸ਼ ਹੈ ਉਹ ਮੰਨਣ ਦੇ ਪਾਬੰਦ ਹੋਣਾ ਚਾਹੀਦਾ। ਸਾਜਿਸ਼ਾਂ ਨੇ ਇਹ ਪੰਥਾਂ ਜਿਹੜੀਆਂ ਨੇ ਉਹ ਸਿੱਖ ਪੰਥ ਵਿੱਚ ਲੱਗ ਰਹੀ ਹੈ ਔਰ ਅੱਜ ਵੀ ਜਿਹੜੇ ਕੋਸ਼ਿਸ਼ਾਂ ਨੇ ਬਾਅਦ ਵਿੱਚ ਆ ਰਹੀ ਹੈ ਔਰ ਸਿੱਖ ਪੰਥ ਜਿਹੜਾ ਉਹ ਸਾਂਝੇ ਤੌਰ 'ਤੇ ਆਪਣੀ ਸ਼ਕਤੀ ਨੂੰ ਇਕੱਠੇ ਕਰਕੇ ਉਹਨਾਂ ਤਾਕਤਾਂ ਦਾ ਮੁਕਾਬਲਾ ਵੀ ਕਰਦਾ ਰਿਹਾ ਔਰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੁੰਦੇ ਆ। ਸਿੱਖ ਸਾਹਿਬ ਜੀ, ਕਰਨਾਟਕਾ ਦੇ ਵਿੱਚ ਇੱਕ ਸਿੱਖ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਹੈ, ਨਾਲ ਨਾਲਾਗੜ੍ਹ ਦੇ ਕਰੀਬੀ ਪਿੰਡ ਦਾ ਹੈਗਾ ਜਿਹੜਾ। ਐਸੀਆਂ ਘਟਨਾਵਾਂ ਹਿੰਦੁਸਤਾਨ ਦੇ ਵਿੱਚ ਵਾਪਰਦੀਆਂ ਜਿਹੜਾ ਇੱਕ ਬਹੁ ਭਾਸ਼ਾਈ, ਬਹੁ ਧਰਮੀ, ਬਹੁ ਸਭਿਕ ਦੇਸ਼ ਹੈ ਜਿਹਦੇ ਵਿੱਚ ਕਈ ਧਰਮਾਂ ਦੇ ਲੋਕ ਵਸਦੇ ਨੇ, ਕਈ ਜਿਹੜੇ ਨੇ ਭਾਸ਼ਾਵਾਂ ਦੇ ਜਿਹੜੇ ਵਾਸੀ ਨੇ ਇਸ ਦੇਸ਼ ਵਿੱਚ ਵਸਦੇ ਨੇ ਔਰ ਖਾਸ ਕਰਕੇ ਸਿੱਖਾਂ ਨੂੰ ਜਿਹੜਾ ਟਾਰਗੇਟ ਬਣਾਇਆ ਜਾਣਾ, ਨਿਸ਼ਾਨਾ ਬਣਾਇਆ ਜਾਣਾ ਜਾਂ ਸਿੱਖ ਕਕਾਰਾਂ ਨੂੰ ਜਿਹੜਾ ਉਹ ਬੇਅਦਬ ਕੀਤਾ ਜਾਣਾ, ਜਿਵੇਂ ਕਿ ਇੱਕ ਪਾਨ ਪਾਉਣ ਤੋਂ ਮਨਾ ਕਰਨਾ, ਕੜਾ ਪਾਉਣ ਤੋਂ ਮਨਾ ਕਰਨਾ, ਐਸੀਆਂ ਘਟਨਾਵਾਂ ਜੇਕਰ ਹਿੰਦੁਸਤਾਨ ਦੇ ਸਿੱਖਾਂ ਦੇ ਨਾਲ ਵਾਪਰਦੀਆਂ ਨੇ ਅਤੇ ਜੇ ਸਿੱਖਾਂ ਨੂੰ ਇੱਕ ਬੇਗਾਨੇਪਣ ਦਾ ਅਹਿਸਾਸ ਕਰਵਾਉਣ ਵਾਲੀਆਂ ਘਟਨਾਵਾਂ ਨੇ। ਯਤਨਾ ਲੱਭਿਆ ਗਿਆ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਵੀ ਜੋ ਲੰਬੇ ਸਮੇਂ ਤੋਂ ਜ਼ਿਲ੍ਹਾ ਵਿੱਚ ਬੈਠੇ ਹੋਏ ਨੇ, ਉਹ ਚਾਹੇ ਪੰਜਾਬ ਹੈ, ਚਾਹੇ ਰਾਜਸਥਾਨ ਹੈ, ਚਾਹੇ ਦਿੱਲੀ ਹੈ, ਚਾਹੇ ਯੂਪੀ ਹੈ, ਜਿੱਥੇ ਕਿੱਥੇ ਬੰਦੀ ਸਿੰਘ ਜ਼ਿਲ੍ਹਾ ਵਿੱਚ ਬੈਠੇ ਹੋਏ ਨੇ ਉਹਨਾਂ ਦੀ ਰਿਹਾਈ ਵਾਸਤੇ ਲੋਕ ਪਹੁੰਚ ਜਾਣ।